स्वागत है ਤੁਹਾਡਾ ਸਾਰਿਆਂ ਦੇ ਸਾਡੇ ਚੈਨਲ ਪੰਜਾਬੀ ਸਰਾਈ ਸੈਂਟਰ ਤੇ। ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ, ਆਪਾਂ ਸਲਵਾਰ ਦੀ ਵੀਡੀਓ ਲੈ ਕੇ ਆਏ ਆ। ਆਪਾਂ ਸਿੰਗਲ ਪੱਲੇ 'ਚ ਤੁਹਾਨੂੰ ਸਲਵਾਰ ਕੱਟ ਕੇ ਦਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਕੱਟੀ ਜਾਂਦੀ ਆ। ਕੱਟ ਕੱਪੜੇ 'ਚੋਂ ਸਲਵਾਰ ਕੱਟ ਕੇ ਦਿਖਾਵਾਂਗੇ। ਕਈ ਵਾਰ ਜਦੋਂ ਆਪਾਂ ਘਰੇ ਸੂਟ ਤਿਆਰ ਕਰਦੇ ਆ ਤੇ ਸਲਵਾਰ ਦਾ ਕੱਪੜਾ ਜਿਹੜਾ ਹੁੰਦਾ ਬਹੁਤ ਜ਼ਿਆਦਾ ਘੱਟ ਆ ਜਾਂਦਾ। ਇਸ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਵੀ ਕੱਟ ਕੱਪੜੇ 'ਚੋਂ ਆਪਾਂ ਸਲਵਾਰ ਕਿਸ ਤਰ੍ਹਾਂ ਤਿਆਰ ਕਰੀਏ। ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਣਾ, ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ। ਆਜੋ ਸ਼ੁਰੂ ਕਰੀਏ ਕਟਾਈ ਦੀ ਵੀਡੀਓ। ਆ ਦੇਖੋ ਇਹ ਆਪਣਾ ਨਾਪ ਆ, 37 ਇੰਚ ਸਲਵਾਰ ਦੀ ਲੰਬਾਈ ਆ, 15 ਇੰਚ ਮੋਰੀ ਹੈਗੀ ਸਲਵਾਰ ਦੀ। ਇਹ ਆਪਣਾ ਨਾਪ ਸੀ। ਇਹ ਆਪਣਾ ਦੇਖੋ ਕੱਪੜਾ ਹੈਗਾ ਜਿਹੜਾ ਆਪਾਂ ਨੇ ਲਿੱਤਾ ਹੋਇਆ ਹੈਗਾ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖੋ ਸਿੱਧ ਪੁੱਠ ਦੇਖਾਂਗੇ ਕੱਪੜੇ ਦੀ ਵੀ ਸਿੱਧਾ ਪਾਸਾ ਕਿਹੜਾ ਗਾ, ਉਹ ਵਾਲਾ ਆਪਾਂ ਅੰਦਰ ਰੱਖਾਂਗੇ ਸਿੱਧਾ ਵਾਲਾ ਪਾਸਾ। ਇਹ ਆਪਾਂ ਕੰਨੀ ਨੂੰ ਕੰਨੀ ਨਾਲ ਮਿਲਾ ਕੇ ਆਪਾਂ ਸਭ ਤੋਂ ਪਹਿਲਾਂ ਤਾਂ ਦੇਖੋ ਪੌਂਚਾ ਕੱਟਾਂਗੇ। ਦੇਖੋ ਇਹ ਆਪਾਂ ਪੌਂਚਾ ਕੱਟਾਂਗੇ। ਇਹ ਆਪਣੇ ਕੋਲ ਵੈਸੇ ਵੱਧ ਕੱਪੜਾ ਗਾ, ਇਹ ਆਪਾਂ ਤੁਹਾਨੂੰ ਦੱਸ ਕੇ ਦੱਸ ਦੇਵਾਂਗੇ ਵੀ ਆਪਾਂ ਘੱਟ ਕੱਪੜੇ 'ਚ ਕਿਸ ਤਰ੍ਹਾਂ ਸਲਵਾਰ ਕੱਟ ਸਕਦੇ ਹਾਂ, ਆਪਾਂ ਉਹ ਦੱਸਣਾ ਤੁਹਾਨੂੰ ਅੱਜ ਇਸ ਵੀਡੀਓ 'ਚ। ਸਭ ਤੋਂ ਪਹਿਲਾਂ ਤੈਅ ਲਾ ਕੇ ਦੇਖੋ ਜਿਹੜਾ ਉੱਪਰ ਬਦਮਾ ਕੱਪੜਾ ਗਾ ਇਹਨੂੰ ਆਪਾਂ ਕੱਟ ਲਾਂਗੇ। ਉਸ ਤੋਂ ਬਾਅਦ ਆਪਾਂ ਸਲਵਾਰ ਦਾ ਨਾਪ 37 ਇੰਚ ਸਲਵਾਰ ਆਪਣੀ 3 ਇੰਚ ਘੱਟ ਕਰਕੇ ਆਪਾਂ ਨੇ ਕੱਟਣੀ ਹੈਗੀ। ਦੇਖੋ ਆਪਾਂ 3 ਇੰਚ ਘੱਟ ਕਰਕੇ ਕੱਟਾਂਗੇ ਇੱਥੋਂ। ਇਹ ਜਿਹੜਾ ਪੌਂਚੇ ਦਾ ਪੀਸ ਆ ਇਹ ਆਪਾਂ ਨੇ ਲਾ ਲਿਆ, ਇਹ ਆਪਾਂ ਨਿਸ਼ਾਨ ਲਾ ਦਾਂਗੇ ਵੀ ਬਣਾਉਣ ਵੇਲੇ ਆਪਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਹੁਣ ਦੁਬਾਰਾ ਫਿਰ ਆਪਾਂ ਕੰਨੀ ਨੂੰ ਕੰਨੀ ਨਾਲ ਮਿਲਿਆ ਕੇ ਆਪਾਂ ਇਹਦੀ ਤੈਅ ਲਾਉਣੀ ਆ ਕੱਪੜੇ ਦੀ ਇਸ ਤਰ੍ਹਾਂ। ਹੁਣ ਆਪਾਂ ਦੇਖੋ ਆਪਾਂ ਨੇ ਪੌਂਚਾ ਜਿਹੜਾ ਹੈਗਾ ਉਹ ਲਾਉਣਾ ਗਾ ਵੀ ਪਹੁੰਚਾ ਆਪਾਂ ਨੇ ਕਿੰਨਾ ਕੱਟਣਾ ਗਾ ਉਹਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾਵਾਂਗੇ। ਇਹ ਦੇਖੋ ਆਪਣੇ ਪਹੁੰਚੇ ਦਾ ਨਿਸ਼ਾਨ ਆਪਾਂ ਨੇ ਲਾ ਲਿਆ। ਸਾਈਡ 'ਤੇ ਆਪਣਾ ਜਿਹੜਾ ਪੀਸ ਆ ਇਹ 'ਚੋਂ ਆਪਾਂ ਬੈਲਟ ਕੱਢਾਂਗੇ, ਜਿਹੜੀ ਆਪਾਂ ਪੇਟੀ ਕਹਿੰਦੇ ਹਾਂ ਆਪਾਂ ਉਹ ਵਾਲੀ ਆਪਾਂ ਸਾਈਡ ਤੋਂ ਕੱਢਾਂਗੇ 'ਚ। ਇਹ ਆਪਣਾ ਪੌਂਚਾ ਕੱਟ ਕੇ ਤਿਆਰ ਹੈਗਾ ਬਿਲਕੁਲ। ਦੇਖੋ ਦੇਖੋ ਇਹ ਆਪਾਂ ਨੇ ਪੌਂਚਾ ਆਪਣਾ ਕੱਟਿਆ ਗਿਆ ਸਲਵਾਰ ਦਾ। ਉਸ ਤੋਂ ਬਾਅਦ ਦੇਖੋ ਜਿਹੜਾ ਇਹ ਵਾਲਾ ਕੱਪੜਾ ਗਾ ਪੌਂਚੇ ਦੇ ਨਾਲੋਂ ਲਿਆ ਹੋਇਆ ਗਾ ਇਹਦੀ ਆਪਾਂ ਬੈਲਟ ਕੱਟਾਂਗੇ। ਇਹ ਆਪਣੇ ਨਾਪ ਦੇ ਹਿਸਾਬ ਨਾਲ ਜਿੰਨੀ ਆਪਾਂ ਨੂੰ ਨਾਪ ਦੇ ਹਿਸਾਬ ਨਾਲ ਬੈਲਟ ਚਾਹੀਦੀ ਆ ਉਹ ਆਪਾਂ ਉਨੀ ਬੈਲਟ ਹੀ ਕੱਟਾਂਗੇ। ਇਹ ਨਾਪ ਤੋਂ 1 ਇੰਚ ਆਪਾਂ ਜ਼ਿਆਦਾ ਕੱਟਣੀ ਹੁੰਦੀ ਹੈ। ਜੇ ਹੁਣ 23 ਇੰਚ ਪੇਟੀ ਆ ਤਾਂ ਆਪਾਂ 24 ਇੰਚ ਪੇਟੀ ਕੱਟ ਲੈਣੀ ਹੈਗੀ ਅਤੇ ਚੜਾਈ 'ਚ ਇਹ 7 ਇੰਚ ਪੇਟੀ ਹੁੰਦੀ ਹੈਗੀ। ਆ ਦੇਖੋ ਇਹ 7 ਇੰਚ ਆਪਾਂ ਚੜਾਈ 'ਚ ਲਾਵਾਂਗੇ ਇਸ ਤਰ੍ਹਾਂ। ਹੁਣ ਆਪਾਂ ਇਹਦੀ ਤੈਅ ਲਾ ਲੈਣੀ ਆ। ਜੇ ਥੋੜ੍ਹੀ ਮੋਟੀ ਪੇਟੀ ਪੀਸ ਆਪਣਾ ਵੱਧ ਹੋਵੇ ਤਾਂ ਆਪਾਂ ਇਹਨੂੰ ਛਾਂਟ ਦਾਂਗੇ। ਦੇਖੋ ਇਹ ਵੀ ਥੋੜ੍ਹਾ ਜਿਹਾ ਪੀਸ ਆਪਣਾ ਵੱਧ ਸੀ ਜਿਸ ਕਰਕੇ ਆਪਾਂ ਇਹਨੂੰ ਛਾਂਟਤਾ। ਆ ਦੇਖੋ ਇਹ ਬੈਲਟ ਜਿਹੜੀ ਆਪਣੀ ਕੱਟ ਕੇ ਤਿਆਰ ਆ ਬਿਲਕੁਲ। ਉਸ ਤੋਂ ਬਾਅਦ ਹੁਣ ਜਿਹੜਾ ਆਪਣਾ ਦੂਸਰਾ ਕੱਪੜਾ ਗਾ ਆਪਾਂ ਇਹਨੂੰ ਚੱਕਾਂਗੇ। ਦੇਖੋ ਇਹ ਵੀ ਆਪਾਂ ਕੰਨੀ ਨੂੰ ਕੰਨੀ ਨਾਲ ਹੀ ਮਿਲਾਵਾਂਗੇ ਕਿਉਂਕਿ ਆਪਾਂ ਇਹ ਸਿੰਗਲ ਪੱਲੇ ਦੀ ਸਲਵਾਰ ਕੱਟ ਰਹੇ ਹਾਂਗੇ ਇਸ ਕਰਕੇ ਕੰਨੀ ਨੂੰ ਕੰਨੀ ਨਾਲ ਮਿਲਾ ਕੇ ਇਹ ਆਪਾਂ ਕੱਟਾਂਗੇ। ਦੇਖੋ ਸਭ ਤੋਂ ਪਹਿਲਾਂ ਆਪਣਾ ਕੱਪੜਾ ਜਿਹੜਾ ਆਪਾਂ ਕੱਪੜੇ ਨੂੰ ਸੈੱਟ ਕਰਾਂਗੇ।
तो बाद आपां इहदी लंबाई लावांगे जिन्नी आपां नूं लंबाई सलवार दी चाहीदी आ उहदे हिसाब नाल निशान लावांगे आपां। देखो ये आपां निशान ला लिया, ये आपां 2 इंच दे इत्थे कुंदे दा निशान लावांगे, जिहड़ा दबा हुंदा वो आपां 2 इंच लाउणे हुंदे आ। उस तो बाद 10 इंच अपनी झोली चाहीदी आ, 10 इंच आपां झोली ते निशान ला लिया। इस तरह सीधा इंची टेप धर के अपने निशान ला लेने आगे। ये बहुत ही अपना सौखे तरीके सोनू दसते हैं भी तुसी घर विच बह के यह सलवार आ जिहड़ी कट सको। देखो हुण आपां निशान लाया, हुण आपां कट करांगे इहनू सारी नू। ये पौचा जिहड़ा अपने कट लिया, हुण जिहड़ा अपने कट्टिया गा ये आपां दूसरे पल्ले दे उपर आपां इहनू धरांगे। बिल्कुल जिस तरह आपां ने ये वाला कुंदा कट्टिया गा उस तरह ही आपां दूजे कुंदे नू कट्टांगे। आ देखो आपां सही तरीके नाल पहिलां आपां कपड़ा धर लेना गा बिल्कुल इक सार करके सारा। हौली हौली आपां देखो कपड़े नू सैट कर देंगे क्योंकि छिड़की कपड़ा गा ते हौली हौली सैट हुंदा कपड़ा। आ देखो इत्थों भी आपां इक सार कर लांगे सारा। आ देखो हुण आपां उपरों कट देना गा, जिहड़ा वाधू पीस होगा आपां उपरों कट देना गा। इह आपां सिंगल पल्ले दी सलवार बनाई जांदे आ, ये आपां सानू बार बार दोहराउणे आ वी आपां सिंगल पल्ले वाली सलवार ही कट रहे हांगे। हुण आपां मूहरी कोलों जिहड़ा वध हुआ कपड़ा वह कट्टांगे। आ देखो हुण ये अपना उपरों भी कट्टिया गया, नीचों भी, हुण जिहड़ी साइड वाली आ ये आपां इस तरह कट्टांगे। हुण देखो ये कपड़े नूं, आ देखो इस तरह कट लैणा गा। आ देखो ये सलवार अपनी कट्टी गई बिल्कुल, बहुत ही सौखे तरीके नाल आपां सानू दस्सिया। देखो ये अपने पौंचे आ गए। देखो हुण ये घट तो घट कपड़े विच बन के तैयार हो जांदी आ। वीडियो वधिया लगी लाइक ते शेयर जरूर करना, चैनल नू सबसक्राइब जरूर कर लियो, कमेंट करके जरूर दस्सो वीडियो किस तरह लगी सानू। वीडियो देखने लई बहुत बहुत धन्यवाद।